ਖਬਰਾਂ ਦੇ ਹਵਾਲੇ ਤੋਂ ਅਹਿਮ ਖਬਰ ਵੈਂਕੂਵਰ ਅਤੇ ਸਰੀ ਦੇ ਸ਼ਾਪਰਸ ਡਰੱਗ ਮਾਰਟ ਸਟੋਰਾਂ ਤੇ ਕੰਮ ਕਰ ਰਹੇ ਦੋ ਕਰਮਚਾਰੀ ਕੋਵਿਡ-19 ਤੋਂ ਪ੍ਰਭਾਵਿਤ ਹੋਏ ਦੱਸੇ ਗਏ ਨੇ। ਲੋਬਲਾ ਕੰਪਨੀ ਨੇ ਇਹ ਪੁਸ਼ਟੀ ਕਰਦਿਆਂ ਕਿਹਾ ਕਿ 370 ਈਸਟ ਬ੍ਰੌਡਵੇ ਵੈਂਕੂਵਰ ਤੇ ਸਥਿਤ ਇੱਕ ਸ਼ਾਪਰਸ ਡਰੱਗ ਮਾਰਟ ਦੇ ਸਟਾਫ ਮੈਂਬਰਾਂ ਦੇ ਵਿੱਚੋਂ ਇੱਕ ਦਾ ਕੋਵਿਡ-19 ਟੈਸਟ ਪੋਜ਼ਿਟਿਵ ਆਇਆ ਹੈ। ਇਸ ਕਰਮਚਾਰੀ ਨੇ ਸਟੋਰ ਵਿੱਚ ਆਖਰੀ ਦਿਨ 8 ਅਕਤੂਬਰ ਨੂੰ ਕੰਮ ਕੀਤਾ ਸੀ। ਇਸੇ ਤਰ੍ਹਾਂ ਸਰੀ ਵਿੱਚ 12,893 ਐਵੀਨਿਊ ਤੇ ਸਥਿਤ ਸ਼ਾਪਰਸ ਡਰੱਗ ਮਾਰਟ ਤੇ ਕੰਮ ਕਰਨ ਵਾਲੇ ਇੱਕ ਹੋਰ ਕਰਮਚਾਰੀ ਦਾ ਟੈਸਟ ਪੋਜ਼ਿਟਿਵ ਆਇਆ। ਇਸ ਕਰਮਚਾਰੀ ਨੇ ਸਟੋਰ ਵਿੱਚ ਆਖਰੀ ਦਿਨ 9 ਅਕਤੂਬਰ ਨੂੰ ਡਿਊਟੀ ਦਿੱਤੀ ਸੀ। ਇਸ ਸਟੋਰ ਤੇ ਕੰਮ ਕਰਨ ਵਾਲਾ ਇਹ ਦੂਜਾ ਕਰਮਚਾਰੀ ਹੈ ਜੋ ਕੋਵਿਡ-19 ਤੋਂ ਪ੍ਰਭਾਵਿਤ ਹੋਇਆ ਹੈ। ਕੱਲ ਕੰਪਨੀ ਨੇ ਪੁਸ਼ਟੀ ਕੀਤੀ ਕਿ 14 ਅਕਤੂਬਰ ਨੂੰ ਇਸ ਸਟੋਰ ਦੇ ਇੱਕ ਕਰਮਚਾਰੀ ਦਾ ਕੋਰੋਨਾ ਵਾਇਰਸ ਟੈਸਟ ਭੇਜਿਆ ਗਿਆ ਸੀ ਜੋ ਕਿ ਸਕਾਰਾਤਮਕ ਆਇਆ ਸੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਭਾਵਿਤ ਥਾਵਾਂ ਤੇ ਗਏ ਲੋਕਾਂ ਨੂੰ ਜੇਕਰ ਲਾਗ ਲੱਗਣ ਦਾ ਖਦਸ਼ਾ ਹੈ ਤਾਂ ਉਹ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨ ਅਤੇ ਲੱਛਣਾਂ ਦੀ ਨਿਗਰਾਨੀ ਕਰਦੇ ਰਹਿਣ।